ਜਿਹੜੀ ਆ ਜ਼ਿਮਨੀ ਚੋਣ ਹੈਗੀ ਹੈ, ਇਸ ਤੋਂ ਪਹਿਲਾਂ ਹੁਣੇ ਪੰਜਾਬ 'ਚ ਸਰਪੰਚੀ ਪੰਚਾਇਤਾਂ ਦੀ ਚੋਣਾਂ ਚੱਲ ਰਹੀਆਂ। ਤੁਸੀਂ ਸਾਰੇ ਇੱਥੇ ਜ਼ਿੰਮੇਵਾਰ ਪ੍ਰੈਸ ਦੇ ਸੱਜਣ ਇਕੱਤਰ ਹੋਏ ਹੋ। ਇੱਕ ਪਾਸੇ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹੈਗੇ ਆ, ਜਿਨ੍ਹਾਂ ਦੀ ਸਰਕਾਰ ਹੈਗੀ ਹੈ, ਇਹ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਨੂੰ ਇਹ ਰੀਲਾਂ ਬਣਾਉਂਦੇ ਨੇ ਆਪ 'ਤੇ ਫੋਨਾਂ 'ਤੇ, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ। ਕਦੀ ਫੋਟੋਆਂ ਨੂੰ ਚੁੰਮਣ ਲੱਗਦੀ ਹੈ। ਤੁਸੀਂ ਦੇਖਿਆ ਹੋਣਾ ਇੱਕ ਅੰਮ੍ਰਿਤਸਰ ਦਾ ਇਹਨਾਂ ਦਾ MP ਹੈਗਾ, MP ਹੈ, ਮੰਤਰੀ ਹੈ, ਪਤਾ ਨਹੀਂ ਕੀ ਹੈ, ਉਹ ਰੀਲਾਂ ਪਾ ਪਾ ਕੇ ਕਦੀ ਫੋਟੋਆਂ ਨੂੰ ਮੱਥਾ ਟੇਕ ਰਿਹਾ, ਕਦੀ ਕੁਛ ਕਰ ਰਿਹਾ। ਪਰ ਜੋ ਇਹਨਾਂ ਨੇ ਚੋਣ ਪ੍ਰਕਿਰਿਆ ਦੀ ਧੱਜੀਆਂ ਉਡਾਈਆਂ ਹੋਈਆਂ ਪੂਰੇ ਪੰਜਾਬ 'ਚ, ਉਹ ਹੱਸਣਯੋਗ ਹੀ ਨਹੀਂ, ਉਹ ਇੰਨੀ ਨਿੰਦਣਯੋਗ ਹੈਗੀ ਆ। ਅੱਜ ਅਸੀਂ ਕਈ ਪਿੰਡਾਂ ਦਾ ਦੌਰਾ ਕਰਕੇ ਆਏ ਹਾਂ। ਗਰੀਬ ਪਰਿਵਾਰਾਂ 'ਚੋਂ ਲੋਕ ਉੱਠ ਕੇ ਜਮਹੂਰੀਅਤ ਦੇ ਢਾਂਚੇ 'ਚ ਸ਼ਾਮਿਲ ਹੋਣ ਵਾਸਤੇ, ਪੰਚਾਇਤੀ ਚੋਣਾਂ ਲੜਨ ਵਾਸਤੇ ਆਪ 'ਤੇ ਕਾਗਜ਼ ਪੂਰੇ ਕਰਕੇ ਉਹਨਾਂ ਨੇ ਦਰਜ ਕਰਵਾਏ ਸੀਗੇ। ਜਿਹੜੇ ਚੋਣਾਂ ਦੇ ਪੰਚਾਇਤੀ ਚੋਣਾਂ 'ਚ ਦੇ ਰਿਟਰਨਿੰਗ ਆਫਿਸਰਸ ਹੈਗੇ ਆ, ਉਹਨਾਂ ਨੇ ਬਗੈਰ ਉਹਨਾਂ ਨੂੰ ਦੱਸੇ ਉਹਨਾਂ ਦੇ ਕਾਗਜ਼ ਰੱਦ ਕਰਤੇ ਆ। ਜਿਹੜਾ ਇਹ ਰਵੱਈਆ ਅਪਣਾ ਰਹੇ ਆ ਉਹ ਕੀ ਕਰ ਰਹੇ ਆ, ਜਿਨ੍ਹਾਂ ਦੇ 60-60, 70-70 ਸਾਲ ਪੁਰਾਣੇ ਮਕਾਨ ਹੈਗੇ ਆ, ਉਹ ਕਹਿੰਦੇ ਆ ਕਿ ਤੁਹਾਡੇ ਮਕਾਨ ਪੰਚਾਇਤੀ ਜ਼ਮੀਨ 'ਤੇ ਬਣੇ ਹੋਏ ਆ, ਅਤੇ ਕਾਨੂੰਨ ਕਹਿੰਦਾ ਕਿ ਜਿੱਥੇ ਤੁਹਾਡਾ 50 ਸਾਲਾਂ ਤੋਂ ਵੱਧ ਕਬਜ਼ਾ ਹੈਗਾ ਉਹ ਜ਼ਮੀਨ ਨਿੱਜੀ ਤੌਰ 'ਤੇ, ਕਾਨੂੰਨ ਤੌਰ 'ਤੇ ਤੁਹਾਡੀ ਆਪਣੀ ਬਣ ਜਾਂਦੀ ਹੈ। ਸੋ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਦੇ ਪੰਚਾਇਤੀ ਕਾਗਜ਼ ਰੱਦ ਕੀਤੇ ਜਾ ਰਹੇ ਹੈ। ਇਹਨਾਂ ਦੇ ਦੋ ਕੌੜੀਆਂ ਦੇ ਨਿਕੰਮੇ OSD ਵਰਗੇ ਬੰਦੇ ਸੋਸ਼ਲ ਮੀਡੀਏ 'ਤੇ, ਆਪਣੇ ਆਪ ਨੂੰ ਹਾਈਲਾਈਟ ਕਰਨ 'ਤੇ ਲੱਗੇ ਹੋਏ ਹੈ ਕਿ ਜੀ ਅਸੀਂ ਸਰਬਸੰਮਤੀ ਨਾਲ ਚੋਣ ਜਿੱਤ ਗਏ। ਹਾਲਾਂਕਿ ਸਰਬਸੰਮਤੀ ਨਾਲ ਉਸ ਪਿੰਡ ਦੇ 10 ਨਿਕੰਮਿਆਂ ਤੋਂ ਇਲਾਵਾ ਇੱਕ ਵੀ ਸਿਆਣੇ ਬੰਦੇ ਨੇ ਆਖਿਆ ਨਹੀਂ ਕਿ ਇਹਨੂੰ ਅਸੀਂ OSD ਨੂੰ ਅਸੀਂ ਪਿੰਡ ਦਾ ਸਰਪੰਚ ਮੰਨਦੇ ਹਾਂ। ਸੋ ਜਿਹੜੀ ਲੋਕਤੰਤਰ ਦੀਆਂ ਜੜ੍ਹਾਂ ਹੁੰਦੀਆਂ ਉਹ ਪੰਚਾਇਤਾਂ ਤੋਂ ਸ਼ੁਰੂ ਹੁੰਦੀਆਂ। ਪਾਰਲੀਮੈਂਟਰੀ ਢਾਂਚਾ ਇਸ ਮੁਲਕ ਦਾ ਪੰਚਾਇਤਾਂ ਤੋਂ ਸ਼ੁਰੂ ਹੁੰਦਾ, ਅਤੇ ਇਸ ਮੁਲਕ ਦੇ ਉਸ ਜਮਹੂਰੀਅਤ ਦੇ ਢਾਂਚੇ ਦੀ ਧੱਜੀਆਂ ਉਡਾਈ ਜਾ ਰਹੀਆਂ। ਕੋਈ ਬੋਲ ਨਹੀਂ ਰਿਹਾ, ਸੜਕਾਂ 'ਤੇ ਕਲੈਸ਼ ਹੋ ਰਹੇ ਹੈ, ਅਤੇ ਇਹ ਚੁੱਪ ਚੁਪੀਤੇ ਆਪ ਦੇ ਗੈਰ ਕਾਨੂੰਨੀ ਤਰੀਕੇ ਨਾਲ OSDਾਂ ਨੂੰ ਇਹ ਪੰਚਾਇਤ ਘੋਸ਼ਿਤ ਕਰੀ ਜਾ ਰਹੀ ਹੈ। ਸੋ ਇਹ ਬਹੁਤ ਮਾੜਾ ਮਾਹੌਲ ਹੈ, ਅਤੇ ਹੁਣ ਅਸੀਂ ਹਾਈਕੋਰਟ 'ਚ ਵੱਖ ਵੱਖ ਪਿੰਡਾਂ ਦੀ ਰਿਟਸ ਪਾਉਣ ਲੱਗੇ ਹੈ। ਜਿਹੜੇ ਲੋਕਾਂ ਨਾਲ, ਜਿਨ੍ਹਾਂ ਨੇ ਪੰਚਾਇਤੀ ਪੇਪਰ ਭਰੇ ਸੀਗੇ, ਧੱਕਾ ਹੋਇਆ, ਉਹ ਸਾਡੀ ਪਾਰਟੀ ਨਾਲ ਸੰਪਰਕ ਕਰਨ। ਅਸੀਂ ਬਹੁਤ ਸ਼ਹੀਦ ਵਕੀਲਾਂ ਦਾ ਪੈਨਲ ਬਣਾ ਕੇ ਹਾਈਕੋਰਟ 'ਚ ਪੰਜਾਬ ਸਰਕਾਰ ਦੇ ਖਿਲਾਫ਼, ਚੋਣ ਪ੍ਰਕਿਰਿਆ ਦੇ ਖਿਲਾਫ਼, ਵੱਖ ਵੱਖ ਜ਼ਿਲ੍ਹਿਆਂ ਦੇ DCਾਂ ਦੇ ਖਿਲਾਫ਼, ਖਾਸਕਰ ਸੰਗਰੂਰ ਦੇ DC ਦੇ ਖਿਲਾਫ਼, ਜਿਹੜਾ ਇੱਕ ਤਹਿਸੀਲਦਾਰ ਤੋਂ DC ਬਣਿਆ, ਅਤੇ ਮੈਂ ਸਮਝਦਾ ਉਹਨਾਂ ਨੂੰ ਕਾਨੂੰਨ ਦਾ ਕੋਈ ਆਈਡੀਆ ਨਹੀਂ ਹੈਗਾ, ਪਰ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈਂਦਾ। ਦੂਜੀ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਇਹ ਸਰਕਾਰ ਜਦੋਂ ਬਣੀ ਸੀਗੀ ਇਹ ਕਹਿੰਦੀ ਸੀਗੀ ਕਿ ਅਸੀਂ ਉਸ ਵਰਗ ਦੀ ਨੁਮਾਇੰਦਗੀ ਕਰਾਂਗੇ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਕਦੀ ਪੁੱਛਿਆ ਨਹੀਂ ਹੈਗਾ।
ਹੁਣੇ ਕੁਛ ਹੀ ਦਿਨ ਪਹਿਲਾਂ ਅਸੀਂ ਪੱਲੇਦਾਰ ਯੂਨੀਅਨ ਦੇ ਮਜ਼ਦੂਰਾਂ ਨੂੰ ਮਿਲ ਕੇ ਆਏ ਹਾਂ ਅਤੇ ਜਿਹੜੇ ਪੱਲੇਦਾਰੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਉਹ ਜਿੰਨੀ ਅਨਾਜ ਮੰਡੀਆਂ 'ਚ ਇਕੱਠੀ ਹੁੰਦੀ ਹੈ ਉਹ ਸਾਰਾ ਅਨਾਜ ਉਹ ਬੋਰੀਆਂ 'ਚ ਭਰ ਕੇ ਟਰੱਕਾਂ 'ਚ ਲੱਦ ਕੇ ਐੱਫ ਸੀ ਆਈ ਦੇ ਗੋਦਾਮਾਂ ਤੱਕ ਪਹੁੰਚ ਉਸ ਅਨਾਜ ਦੀ ਕਰਦੇ ਆ। ਹੁਣ ਇਹ ਜਿਹੜੇ ਪੱਲੇਦਾਰ ਮਜ਼ਦੂਰ ਹੈਗੇ ਆ ਇਹਨਾਂ ਦੇ ਉੱਤੇ ਠੇਕੇਦਾਰ ਹੁੰਦੇ ਆ। ਤੁਸੀਂ ਸਾਰੇ ਅਵੇਅਰ ਸਿਟੀਜ਼ਨਸ ਹੋ, ਤੁਸੀਂ ਪ੍ਰੈਸ ਹੋ, ਐਤਕੀ ਇਹ ਸਰਕਾਰ 'ਚ ਪਹਿਲੀ ਵਾਰੀ ਹੋਇਆ ਕਿ ਜਿੰਨੇ ਪੱਲੇਦਾਰ ਮੁਲਾਜ਼ਮ ਨੇ, ਜਿੰਨੇ ਪੱਲੇਦਾਰ ਯੂਨੀਅਨ ਦੇ ਕਰਮਚਾਰੀ ਹੈਗੇ ਉਹਨਾਂ 'ਤੇ ਠੇਕੇਦਾਰ ਬਾਹਰਲੇ ਸੂਬਿਆਂ ਦੇ ਠੇਕੇਦਾਰ ਆ ਇੱਥੇ ਲਾਤੇ ਹੈਗੇ ਆ। ਸੋ ਕਈ ਪੱਲੇਦਾਰ ਠੇਕੇਦਾਰ ਹਿਮਾਚਲ ਕਾਂਗੜਾ ਦੇ ਹੈਗੇ ਆ, ਕਈ ਵੱਖ ਵੱਖ ਜ਼ਿਲ੍ਹਿਆਂ ਦੇ ਬੰਗੇ ਨਵੇਂ ਸ਼ਹਿਰ ਦੇ ਹੈਗੇ ਆ, ਜਿਹੜੇ ਇੱਥੇ ਸਾਡੇ ਪੱਲੇਦਾਰ ਮਜ਼ਦੂਰ ਹੈਗੇ ਆ ਉਹ ਲੱਭਦੇ ਨੇ ਕਿ ਸਾਡਾ ਠੇਕੇਦਾਰ ਕੌਣ ਹੈ। ਹੁਣ ਫਰਜ਼ ਕਰੋ ਮੈਂ ਅਤੇ ਅਸੀਂ ਸਾਰੇ ਪੱਲੇਦਾਰੀ ਕਰਦੇ ਹਾਂ, ਤੁਸੀਂ ਸਾਡੇ ਠੇਕੇਦਾਰ ਹੋ ਜ਼ਿਲ੍ਹੇ ਦੇ, ਸਾਨੂੰ ਪਤਾ ਹੋਣਾ ਕਿ ਵੀ ਆਹ ਸਾਡੇ ਠੇਕੇਦਾਰ ਹੈ, ਕੱਲ੍ਹ ਜੇ ਸਰਕਾਰ ਰਾਹੀਂ ਸਾਡੀ ਕਿਰਤ ਕਮਾਈ ਦੀ ਕੋਈ ਵਾਧਾ ਹੁੰਦਾ, ਸਾਡੀ ਪੱਲੇਦਾਰੀ ਮਜ਼ਦੂਰੀ 'ਚ ਕੋਈ ਸਰਕਾਰ ਵਾਧਾ ਕਰਦੀ ਹੈ ਤਾਂ ਅਸੀਂ ਠੇਕੇਦਾਰ ਸਾਹਿਬ ਕੋਲ ਜਾਵਾਂਗੇ ਕਿ ਠੇਕੇਦਾਰ ਸਾਹਿਬ ਆਹ ਜਿਹੜਾ ਸਰਕਾਰ ਨੇ ਵਾਧਾ ਕੀਤਾ ਇਹ ਪੈਸਾ ਸਾਨੂੰ ਮੁਹੱਈਆ ਕਰਾਓ। ਸਰਕਾਰ ਨੇ 25 ਰੁਪਈਏ ਤੋਂ ਸੈਂਟਰ ਦੀ ਸਰਕਾਰ ਨੇ ਵਾਧਾ ਕਰਤਾ ਅਤੇ ਮੈਨੂੰ ਪਤਾ ਲੱਗਿਆ ਕਿ ਇੱਥੇ ਦੇ ਮੰਤਰੀ ਮੀਥੇੜ ਅਤੇ ਦੂਜੇ ਦੋ ਜਿਹੜੇ ਨਿਕੰਮੇ ਹੋਰ ਤੁਸੀਂ ਚੁਣ ਕੇ ਭੇਜੇ ਹੈ ਲਾਭ ਉੱਗੋ ਕੇ ਅਤੇ ਤੀਜਾ ਪੰਡੋਰੀ, ਇਹਨਾਂ ਨੇ ਪੱਲੇਦਾਰ ਮਜ਼ਦੂਰਾਂ ਦੇ ਵੀ ਹੱਕ ਖੋਣ ਵਾਸਤੇ ਕਰਪਸ਼ਨ ਕੀਤੀ ਹੈ। ਇਹਨਾਂ ਨੇ 68 ਰੁਪਈਆ ਆਪਦੇ ਕੋਲ ਰੱਖਿਆ ਅਤੇ 58 ਰੁਪਈਆ ਪੱਲੇਦਾਰੀ ਨੂੰ ਦਿੱਤਾ। ਹੁਣ ਇਹ ਤੋਂ ਸ਼ਰਮਨਾਕ ਚੀਜ਼ ਕੀ ਹੋ ਸਕਦੀ ਹੈ, ਜਿਹੜਾ ਸਮਾਜ ਦਾ ਸਭ ਤੋਂ ਜ਼ਿਆਦਾ ਗਰੀਬ ਵਰਗ ਹੋਵੇ, ਜਿਹਦੀ ਕਮਾਈ ਦਾ ਕੋਈ ਸਾਧਨ ਨਾ ਹੋਵੇ, ਜਦੋਂ ਆਪਾਂ ਉਹਨਾਂ ਨੂੰ ਮਿਲ ਕੇ ਆਏ ਉਹ ਕਹਿੰਦੇ ਕਿ ਗੋਬਿੰਦ ਸਿੰਘ ਜਿਵੇਂ ਤੁਸੀਂ ਵੱਡੇ ਖਾਨਦਾਨ ਦੇ ਹੈਗੇ ਹੋ, ਤੁਹਾਡੀਆਂ ਫੈਕਟਰੀਆਂ ਹੈਗੀਆਂ, ਤੁਹਾਡੀਆਂ ਜ਼ਮੀਨ ਜਾਇਦਾਦ